शुक्र करो तुहाडा पजामा नहीं उधड़िया। इहदे च हसण वाली केड़ी गल है, ये तो साड़ी खानदानी परंपरा है। असी अपने व्याह च अपने फुफड़ जी की अचकनी पाने हैं। इहनू परंपरा नहीं कंजूसी कहिंदे ने। आ सुन लो, जद मैं नवी नवी व्याही आई ना, ग्रह प्रवेश वेले इना दे माता जी कहंदे, धीए पैर हौली मारी भांडे ते, रात नू इना चौलां दी खिचड़ी बनाउणी आ। इह जे ने इह हुण केड़ी गल ते बहस चल रही है। अज इंडिया पाकिस्तान दा मैच है, छेती स्पोर्ट्स चैनल लाओ। ਉਹ ਇੱਥੇ ਇੰਡੀਆ ਪਾਕਿਸਤਾਨ ਦੀ ਜੰਗ ਸ਼ੁਰੂ ਹੋਈ ਹੋਈ ਆ ਤੇ ਮੈਂ ਕਸ਼ਮੀਰ ਦੇ ਮੁੱਦੇ ਵਾਂਗੂ ਵਿੱਚ ਫਸਿਆ ਹੋਇਆ। ਵਿੱਕੀ, ਅਸੀਂ ਫਿਲਮ ਦੇਖਣ ਦਾ ਪਲਾਨ ਬਣਾ ਰਹੇ ਹਾਂ। ਨਹੀਂ, ਮੈਨੂੰ ਲੱਗਦਾ ਮੈਚ ਸਹੀ ਰਹੂਗਾ। ਮੈਚ ਦੀਆਂ ਤਾਂ ਹਾਈਲਾਈਟਸ ਵੀ ਦੇਖ ਸਕਦੇ ਹਾਂ, ਹੁਣ ਕੋਈ ਰੋਮਾਂਟਿਕ ਫਿਲਮ ਦੇਖਦੇ ਹਾਂ। ਮੈਨੂੰ ਲੱਗਦਾ ਰਿੰਪੀ ਸਹੀ ਕਹਿ ਰਹੀ ਆ, ਆਪਾਂ ਨੂੰ ਰੋਮਾਂਟਿਕ ਫਿਲਮ ਦੇਖਣੀ ਚਾਹੀਦੀ ਹੈ। ਓਹੋ, ਮੇਰੇ ਵਾਸਤੇ ਕਦੇ ਲਿਪਸਟਿਕ ਤਾਂ ਖਰੀਦੀ ਨਹੀਂ ਗਈ, ਗੱਲਾਂ ਕਰਦੇ ਨੇ ਰੋਮਾਂਟਿਕ ਫਿਲਮ ਦੀਆਂ। ਮੈਂ ਕਹਿੰਦੀ ਹਾਂ ਸਿਰਫ ਕਾਮੇਡੀ ਫਿਲਮ ਹੀ ਦੇਖਣੀ ਆ। मैं भी देख दिया, सिर्फ मैच ही चलूगा। जस्सी, मैं तीन तक गिनना। क्योंकि अगे तो तुम गिनती आंदी ही नहीं। आंदी है पर मेरे को ना टाइम नहीं। पप्पी छड्डो, छोड़ छड़, जस्सी मैं क्या है? पप्पी छड्डो, छड़ दी नहीं छड़ना। ये पप्पी छड़, छड्डो तुसी, छड्डो की है पप्पी? ਤੈਨੂੰ ਹੋਸ਼ ਕਿਵੇਂ ਆ ਗਿਆ? ਮੈਂ ਤਾਂ ਤੈਨੂੰ ਇੰਜੈਕਸ਼ਨ ਵੀ ਨਹੀਂ ਦਿੱਤਾ, ਇਹ ਤਾਂ ਰੁੰਡੀ ਹੈ। ਡਾਕਟਰ ਸਾਹਿਬ, ਮੈਂ ਪੂਰੇ ਹੋਸ਼ 'ਚ ਹਾਂ। ਜਿਵੇਂ ਤੁਸੀਂ ਔਖੇ ਔਖੇ ਸਾਹ ਲੈ ਰਹੇ ਹੋ, ਮੈਨੂੰ ਲੱਗਦਾ ਤੁਸੀਂ ਪੂਰੇ ਹੋ ਜਾਣਾ। ਇਹ ਤਾਂ ਮੈਨੂੰ ਮੇਰੇ ਪਿਓ ਦੀ ਦਵਾਈ ਰਿਐਕਸ਼ਨ ਕਰ ਗਈ ਸੀ। ਪਰ ਡਾਕਟਰ ਤਾਂ ਤੁਸੀਂ ਆਪ ਹੋ। ਉਹ ਡਾਕਟਰ ਦਾ ਵੀ ਪਿਓ ਹੈ, ਤੁਸੀਂ ਮੇਰੀ ਛੱਡੋ। ਜਦੋਂ ਤੁਸੀਂ ਬਿਲਕੁਲ ਠੀਕ ਹੋ ਤਾਂ ਤੁਸੀਂ ਮੈਨੂੰ ਕਿਉਂ ਬੁਲਾਇਆ? ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ। ਉਹ ਜਿਹੜੀ ਮੇਰੀ ਨਣਦ ਹੈ ਨਾ, ਉਹ ਪੀਲੀ ਡਰੈਸ ਵਾਲੀ ਜਾਂ ਹਰੀ ਡਰੈਸ ਵਾਲੀ? ਡਾਕਟਰ ਸਾਹਿਬ, ਮੈਨੂੰ ਲੱਗਦਾ ਪੇਸ਼ੈਂਟ ਤੋਂ ਵੱਧ ਤੁਹਾਡਾ ਧਿਆਨ ਲੇਡੀਜ਼ ਦੀਆਂ ਡਰੈਸਿਸ 'ਚ ਹੈ। ਦਰਅਸਲ ਮੈਂ ਪਾਰਟ ਟਾਈਮ ਟੇਲਰ ਵੀ ਹਾਂ, ਇਸੇ ਕਰਕੇ ਮੇਰਾ ਧਿਆਨ ਲੇਡੀਜ਼ ਦੀ ਡਰੈਸਿਸ ਵੱਲ ਚਲਾ ਜਾਂਦਾ ਹੈ। ਆਪਣੀ ਬਕਵਾਸ ਬੰਦ ਕਰੋ ਤੇ ਕੰਮ ਦੀ ਗੱਲ ਸੁਣੋ। ਉਹ ਜਿਹੜੀ ਪੀਲੀ ਡਰੈਸ ਵਾਲੀ ਹੈ ਨਾ, ਮੈਂ ਉਹਨੂੰ ਸਬਕ ਸਿਖਾਉਣਾ ਚਾਹੁੰਦੀ ਹਾਂ। ਮੈਂ ਹਸਪੀਟਲ 'ਚ ਕੰਮ ਕਰਦਾ, ਸੁਧਾਰ ਕੇਂਦਰ 'ਚ ਨਹੀਂ। ਮੈਂ ਤੁਹਾਡੀ ਮਾਲੀ ਹਾਲਤ ਸੁਧਾਰ ਸਕਦੀ ਹਾਂ। ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਪਾਰਟ ਟਾਈਮ ਮਾਲੀ ਵੀ ਹਾਂ? ਵੈਸੇ ਤੁਸੀਂ ਮੇਰੀ ਹਾਲਤ ਸੁਧਾਰਨ ਦੀ ਗੱਲ ਕਰ ਰਹੇ ਸੀ। ਹਾਂ, ਜੇ ਤੁਸੀਂ ਮੇਰੀ ਮਦਦ ਕਰੋਗੇ ਤਾਂ ਮੈਂ ਤੁਹਾਨੂੰ 25,000 ਰੁਪਇਆ ਦਊਂਗੀ। ਜੇ ਤੁਸੀਂ ਸੋਚਦੇ ਹੋ ਮੈਂ 25,000 ਚ ਵਿਕ ਜੂੰਗਾ ਤਾਂ ਤੁਸੀਂ ਬਿਲਕੁਲ ਸਹੀ ਸੋਚਦੇ ਹੋ। ਹੁਣ ਦੱਸੋ ਕਰਨਾ ਕੀ ਹੈ? ਫੋਨ ਲਓ ਤੇ ਕੰਨ ਇੱਧਰ ਲਿਓ। ਸਮਝੋ ਤੁਹਾਡਾ ਕੰਮ ਹੋ ਗਿਆ, ਕਿਉਂਕਿ ਪਾਰਟ ਟਾਈਮ ਮੈਂ ਐਕਟਰ ਵੀ ਹਾਂ। ਓਹ ਯੈਸ।